ਵੈਲਕਮ ਬੈਕ ਜੀ, ਦੁਬਾਰਾ ਤੋਂ ਇੱਕ ਵਾਰੀ ਫਿਰ। ਚਲੋ ਇੱਥੇ ਆਪਣਾ ਦੂਸਰਾ ਵਲੌਗ ਸਟਾਰਟ ਹੁੰਦਾ ਵਾ। ਸੋ ਆਹ ਦੇਖੋ, ਇਹ ਕਾਰਟੂਨ ਦੇਖਣ ਲੱਗਾ ਪਿਆ, ਕੋਟ ਕੂਟ ਪਾ ਕੇ ਕਾਰਟੂਨ। ਚੱਲ ਯਾਰ ਖਾਈਏ ਰੋਟੀ, ਕੀ ਹੈ ਕੱਢੀ ਇਹਨੂੰ ਖੋਲ, ਵਿਊ ਵੀ ਘੈਂਟ ਆ। ਆਪਣੀ ਰੋਟੀ ਆ ਗਈ, ਫੁੱਲ ਭੁੱਖ ਲੱਗੀ ਹੋਈ ਆ ਮਿੱਤਰੋ। ਬਾਕੀ ਠੰਡ ਯਾਰ ਸੱਚੀ ਹੈਗੀ ਆ, ਉਰੇ ਪਹਿਲਾਂ ਨੀ ਲੱਗਿਆ ਆਉਂਦੇ ਹੋਏ। ਬਾਕੀ ਸ਼ਾਮ ਨੂੰ ਹੁਣ ਆਪਾਂ ਘੁੰਮਣ ਚੱਲਦੇ ਥੋੜੇ ਟਾਈਮ ਤੱਕ, ਹਨਾ। ਸੋ ਨਾ ਤੋ ਗਏ ਨਾਲ ਹੀ ਸਾਰੇ ਫਰੈਸ਼ ਨੇ। ਸੋ ਚਲੋ ਜੀ, ਫਿਰ ਆਪਾਂ ਹੁਣ ਵਲੌਗ ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਇਸ ਤੋਂ ਬਾਅਦ ਪਹਿਲਾਂ ਰੋਟੀ ਰੋਟੀ ਖਾ ਲਈਏ ਅਤੇ ਫਿਰ ਆਪਾਂ ਚੱਲਦੇ ਹਾਂ ਮਾਲ ਰੋਡ ਘੁੰਮਣ, ਰਾਈਟ। ਸੋ ਚਲੋ ਜੀ ਆ ਜਾਓ। ਮਾਲ ਰੋਡ ਮਨਾਲੀ ਦੇ, ਅਤੇ ਆ ਹੈਂਡਸਮ ਮੁੰਡੇ ਨੂੰ ਚੈੱਕ, ਆਊਟਫਿਟ ਚੈੱਕ ਕਰੋ, ਸ਼ੂਜ਼ ਦਿਖਾ ਮੁੰਡਿਆ, ਪੈਸੇ ਲਾਏ ਆ। ਚੱਲ ਉੱਥੇ ਗੱਪੇ ਹਟ ਕੇ ਦਿਖਾ ਗਿਆ ਪਹਿਲਾਂ। ਬੜੀ ਭੀੜ ਆ ਯਾਰ, ਪਰ ਮਜ਼ਾ ਆ ਰਿਹਾ ਪੂਰਾ, ਠੰਡ ਹੈ, ਮਾਹੌਲ ਬਣਿਆ ਹੋਇਆ ਪੂਰਾ। ਕੀ ਕਹਿੰਦੇ ਤੂੰ, ਚੂੜੀਆਂ ਤੇਰੇ ਚੂੜਾ ਪਵਾ ਇਹਨਾਂ, ਦੱਸ ਸਰ ਤੁਸੀਂ ਮਾਲਵਾ ਸਟਰੀਟ ਵਾਲੇ ਹੋ? ਮਾਲਵਾ ਸਟਰੀਟ ਵਾਲੇ ਜੀ, ਸਰ ਫੋਟੋ ਕਰਾਉਣੀ ਸੀ। ਕੀ ਹਾਂ, ਕੀ ਫੇਮਸ ਡਿਸ ਹੈ? ਕਿਆ ਨਾਮ ਹੈ ਇਸਕਾ? ਇਸਕਾ ਨਾਮ ਹੈ ਸਿੱਧੂ। ਕਿਆ ਨਾਮ ਹੈ? ਸਿੱਧੂ। ਸਿੱਧੂ ਸਿੱਧੂ ਓਕੇ, ਦੇਖ ਸੇਵ ਟਰਾਈ ਕਰਕੇ ਕਿੱਦਾਂ ਦੱਸੀ ਫਿਰ ਕੀ ਰਿਵਿਊ। ਸਿੱਧੂ ਇੱਧਰ ਆਓ ਪਹਿਲਾਂ। ਗੁੱਡ ਮਾਰਨਿੰਗ ਮਿੱਤਰੋ, ਕਾਫੀ ਜਾਣੇ ਆਏ ਸੀ ਰਾਤ ਉਰੇ ਸਟੇ ਕਰਨ। ਦੇਖੋ ਟੈਂਪਰੇਚਰ ਵੀ ਕਾਫੀ ਹੋਇਆ, ਮਤਲਬ ਕਾਫੀ ਥੱਲੇ ਹੋਏ ਹੋਏ ਟੈਂਪਰੇਚਰ ਵੀ, ਆਈ ਥਿੰਕ 4 ਜਾਂ 5। ਇਹਨਾਂ ਨੇ ਪਾਣੀ ਗਰਮ ਕਰਨ ਨੂੰ ਦੇਖੋ ਕੀ ਲਾਇਆ ਹੋਇਆ ਸਿਸਟਮ, ਸੋਲਰ ਪੈਨਲ ਕਾਇੰਡ ਆਫ ਲਾਇਆ ਹੋਇਆ।
ਕਰਕੇ ਉੱਥੇ ਨਾ ਇੱਕ ਵਾਟਰਫਾਲ ਆ, ਰੁਕੋ ਅਗਰ ਤੁਹਾਨੂੰ ਦਿਖਦਾ ਹੋਵੇ ਤਾਂ, ਜਿਹੜਾ ਆਹ ਦੇਖੋ ਇੱਕ ਮਿੰਟ, ਇਹ ਜਿਹੜਾ ਆਹ ਹੈ ਨਾ ਵਾਈਟ ਵਾਈਟ ਜਿਹਾ ਆਊਰੇ ਦੇਖੇ ਤੁਹਾਨੂੰ, ਇਹ ਵਾਟਰਫਾਲ ਹੈ ਵੀ ਉਰੋਂ ਤਾਂ ਦਿਖੇਗਾ ਨਹੀਂ, ਰੁਕੋ ਤੁਹਾਨੂੰ ਮੇਰੇ ਹਾਂ ਆਪਾਂ ਜਾਣਾ ਆ ਉੱਥੇ, ਉੱਥੇ ਸਾਹਮਣੇ ਪਹਾੜ ਦੇਖੋ, ਸੋ ਆਪਾਂ ਹੁਣ ਇੱਥੇ ਜਾਣਾ ਵਾ ਪਹਾੜਾਂ 'ਚ, ਬਰਫ਼ ਵਾਲੇ ਪਹਾੜਾਂ 'ਚ, ਮਤਲਬ ਪਹਾੜ ਅੱਜ ਤੁਹਾਨੂੰ ਦਿਖਾਵਾਂਗੇ ਸਨੋਫੋਲ ਅਗਰ ਹੋਈ ਅਤੇ, ਬਾਕੀ ਚਲੋ ਜਿੱਦਾਂ ਵੀ ਹੈ, ਪਹਿਲਾਂ ਆਪਾਂ ਚਾਹ ਔਡਰ ਕੀਤੀ ਹੈ, ਚਾਹ ਜਿਹੜੇ ਦੈਨ ਫਿਰ ਆਪਾਂ ਤੁਰਦੇ ਹਾਂ, ਚਲੋ ਮੈਂ ਕਿਹਾ ਉਹਦੇ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਸਨੋਫੋਲ ਮਿਲੂਗੀ ਆਪਾਂ ਨੂੰ ਅੱਗੇ, ਮੈਂ ਹੁਣ ਤਾਂ ਚਾਹੇ 50 ਕਿਲੋਮੀਟਰ ਜਾਣਾ ਪੈ ਜਾਵੇ, ਅੱਜ ਕਹਿੰਦੇ ਮੁੰਡੇ ਨੇ ਸਨੋਫੋਲ ਦਿਖਾਉਣੇ, ਤੂੰ ਆਹ ਚੱਪਲਾਂ ਪਾਈ ਫਿਰਦਾ ਮਾਮਾ, ਚੱਪਲਾਂ ਕਿਹੜੀਆਂ ਨੇ, ਕੰਨੀਆਂ ਸੋਹਣੀਆਂ, ਇਹ ਪੱਕਾ ਹੋਟਲ ਵਾਲੇ ਦਿੱਤੀਆਂ ਨੇ, ਠੀਕ ਚੈੱਕ ਆਊਟ ਮਾਰਨ ਲੱਗੇ ਤੇ ਬਾਏ ਬਾਏ, ਹੁਣ ਮਿਲਦੇ ਤੁਹਾਨੂੰ ਅੱਗੇ, ਇਹ ਸੀ ਆਪਣਾ ਹੋਟਲ, ਤੁਸੀਂ ਉਰੇ ਬਾਈਕ ਵੀ ਲੈ ਸਕਦੇ ਹੋ ਰੈਂਟ ਤੇ, ਸਕੂਟੀ ਤੋਂ ਲੈ ਕੇ ਹਾਰਲੇ ਤੱਕ, ਇਹਨਾਂ ਲਈ ਮੈਂ ਉਹੀ ਕਹਿਣ ਲੱਗਿਆ ਸੀ ਸਾਰੀਆਂ ਮਿਲਦੀਆਂ ਉਰੇ, ਹਨਾ ਕੀ ਕਹਿੰਦੇ ਹੁੰਦੇ ਨੇ ਇੰਗਲਿਸ਼ 'ਚ, ਰੈਂਟ ਨਹੀਂ, ਸੈਲਫ ਡਰਾਈਵ, ਸੈਲਫ ਡਰਾਈਵ ਨਹੀਂ, ਅਬੇ ਜਲਦੀ ਬੋਲ ਕੱਲ ਸਵੇਰੇ ਪਨਵੇਲ ਨਿਕਲਣਾ ਹੈ, ਅਵੇਲੇਬਲ ਅਵੇਲੇਬਲ ਸਾਰੀਆਂ ਅਵੇਲੇਬਲ ਨੇ, ਆ ਗਿਆ ਜੀ ਮਾਲ ਰੋਡ, ਸਾਹਮਣੇ ਚੈੱਕ ਕਰੋ ਪਹਾੜ, ਸਾਡੀ ਤਾਂ ਗਰਦਨ ਵੀ ਨਹੀਂ ਸਿੱਧੀ ਹੁੰਦੀ, ਇੰਨੇ ਉੱਚੇ ਉੱਚੇ ਪਹਾੜ ਨੇ, ਬੜਾ ਹੋਊਗਾ ਮੇਰੇ ਹਿਸਾਬ ਨਾਲ, ਫੌਜੀ ਤਿਆਰ ਹੋ ਰਿਹਾ ਹੈਗਾ ਸੌਕਸ ਤਾਂ, ਵੈਸੇ ਮੈਂ ਕਹਿੰਦਾ ਠੀਕ ਹੈ ਕੋਈ ਦਿੱਕਤ ਨਹੀਂ, ਹੈ ਸੌਕਸ ਤਾਂ ਹੈਗੀ ਸਾਡੇ ਕੋਲ, ਆਹ ਦੇਖੋ ਮੈਂ ਵੀ ਪਾਈਆਂ ਹੋਈਆਂ, ਮੈਂ ਗੁੱਸੇਗੇ ਨਾ ਬੇਟਾ, ਜੇ ਵਾਪਸੀ ਮੈਂ ਕਾਣਾ ਜੀ, ਜੇ ਵਰਸ ਉਤਰ ਕੇ ਆਈ ਹੈ ਨਾ, ਆਪਣਾ ਜੁੱਤਾ ਪਹਿਲੇ ਨਹੀਂ ਬੇਟਾ, ਠੀਕ ਹੈ ਮੇਰੇ ਦੋਸਤਾਂ, ਮੈਂ ਠੀਕ ਹੈ, ਕੰਮ ਲੱਗ ਗਿਆ ਬਈ ਮੁੰਡਿਓ, ਕਹਿਣਾ ਚਾਹੁੰਦੇ ਕੋ ਸਾਹਿਬ, ਬਸ ਕਹਿਣਾ ਪੂਰਾ ਨਾ ਵੀ ਫੇਰ ਵੀ ਨਿਕਲ ਜੂ ਜਾਵਾਂ, ਕਿੰਨੀ ਗੱਲ ਹੈ ਮਿੱਤਰੋ, ਹਵਾ ਬੜੀ ਖਤਰਨਾਕ ਚੱਲਦੀ ਪਈ ਆ, ਵੈਸੇ ਮੈਂ ਇੱਕ ਚੀਜ਼ ਦੇਖੀ ਯਾਰ, ਐਕਟੀਵਿਟੀਜ਼ ਬਹੁਤ ਨੇ, ਜਿੱਦਾਂ ਹੁਣ ਕਹਿੰਦੇ ਨਾ ਮਨਾਲੀ 'ਚ ਇਕੱਲੀ ਸਨੋ ਦੇਖਣ ਜਾਂਦਾ, ਇਹ ਉਹ ਨਹੀਂ ਯਾਰ, ਗੱਲ ਤਾਂ ਮੇਨ ਖੜਦੀ ਸੀ ਪੈਸੇ 'ਤੇ ਯਾਰ, ਦੇਖਿਆ ਜਾਵੇ ਕਿ ਨਹੀਂ,
ਤਿਆਰਾਂ ਹੋਈਆਂ ਹੋਈਆਂ ਦੇਖੋ। ਉਰੋਂ ਸਿੱਧੀ ਅਟਲ ਟਨਲ ਰਹਿ ਜਾਂਦੀ ਆ ਆਪਣੀ 2 ਕਿਲੋਮੀਟਰ। ਬਾਕੀ ਵਿਊ ਚੈੱਕ ਕਰੋ, ਕਿਆ ਵਿਊ ਹੈ। ਹਾਂਜੀ, ਥੱਲੇ ਬਰਫ ਹੀ ਬਰਫ, ਉੱਪਰ ਬਰਫ ਹੀ ਬਰਫ। ਬਾਕੀ ਉਰੇ ਮੌਸਮ ਬੜਾ ਸੋਹਣਾ ਆ ਸੱਚੀ, ਟੀ ਸ਼ਰਟ ਪਾਈ ਹੋਈ ਆ, ਫੁੱਲ ਮਜ਼ਾ ਆ ਰਿਹਾ। ਬਾਕੀ ਚਲੋ ਮੈਗੀ ਮੂਗੀ ਖਾਂਦੇ ਫਿਰ ਤੁਹਾਨੂੰ ਦਿਖਾਉਂਦੇ। ਚਲੋ ਜੀ, ਅਤੇ ਕੁਝ ਖਾਣ ਪੀਣ ਨੂੰ ਦੇਖ ਰਹੇ ਸੀਗੇ ਆਪਾਂ, ਅਤੇ ਮੈਗੀ ਕਰਾ ਲਈ ਆ। ਬਾਕੀ ਹਾਂਜੀ, ਟੀ ਸ਼ਰਟ ਪਾ ਕੇ ਕਿੰਨਾ ਸਵਾਦ ਆ ਰਿਹਾ ਹੈ ਨਾ, ਮੱਠੀ ਮੱਠੀ ਠੰਡ ਲੱਗਦੀ ਆ ਪੂਰੀ। ਅਤੇ ਫਿਰ ਆਪਾਂ ਦੇਖਦੇ ਹਾਂ ਮੈਗੀ, ਦੇਖੋ ਇੱਧਰ ਫੋਟੋਗ੍ਰਾਫਰ ਸਾਹਿਬ ਦੇਖੋ ਆਪਣੇ। ਆਹ ਦੇਖੋ ਪਾਣੀ, ਉੱਥੇ ਵੀ ਜਾ ਕੇ ਆਵਾਂਗੇ ਆਪਾਂ, ਘੁੰਮ ਕੇ ਆਵਾਂਗੇ। ਪੂਰਾ ਮਾਹੌਲ ਘੈਂਟ ਹੋਇਆ ਪਿਆ ਸਾਰਾ। ਲਓ ਜੀ ਮੈਗੀ ਆ ਗਈ ਆਪਣੀ ਨਵੀਂ ਡਿਸ਼, ਤੇ ਆ ਆਪਾਂ ਘਰੋਂ ਲੈ ਕੇ ਆਏ ਸੀ ਕੁਰਕਰੇ। ਆ ਦੇ ਆ ਚੱਕ ਕੇ ਦਿਖਾਈ ਹੁਣ ਕਿਹਨੂੰ, ਆ ਮੇਰੇ ਮੁੰਡੇ ਨੂੰ ਭੁੱਲ ਗਏ ਹੈ ਮੇਰੇ ਤੋਂ ਕੀ ਹੁੰਦੇ ਹਨ। ਇੱਕ ਨਵੀਂ ਡਿਸ਼ ਤਿਆਰ ਹੋ ਰਹੀ ਆ, ਕੁਰਕਰੇ ਮੈਗੀ, ਕੁਰਕਰੇ ਮੈਗੀ। ਸੋ ਚਲੋ ਜੀ ਖਾ ਕੇ ਕਰਦੇ ਹੁਣ, ਖਾ ਕੇ ਮਿਲਦੇ। ਬਰਫ ਦੇ ਟੋਲੇ ਬਣਾ ਕਰਦੇ ਵੀ ਨਾ ਚੱਪ, ਬਰਫ ਕਿੰਨੀ ਮਰਜ਼ੀ ਸਵਾਦ ਆ ਬਰੀ। ਚੱਲ ਆ ਜਾ ਚੱਲੀਏ ਦੋਵੇਂ, ਮੈਂ ਤੋਂ ਚਾਹ ਪੈਕ ਕਰਾ ਲਈ ਨਾਲ, ਤੇ ਉੱਥੇ ਬਹਿ ਕੇ ਪੀਵਾਂਗੇ ਬਰਫ 'ਚ, ਬਰਫ ਬਰਫ ਪਾ ਕੇ ਚਾਹ 'ਚ ਅੱਜ। ਬਾਕੀ ਲੋ ਜੀ ਮੁੰਡਿਓ, ਜੇ ਵਧੀਆ ਲੱਗ ਰਿਹਾ ਤਾਂ ਲਾਈਕ ਕਰਿਓ ਵੀਡੀਓ ਨੂੰ, ਕਮੈਂਟ ਕਰਿਓ, ਸ਼ੇਅਰ ਕਰਿਓ, ਅਤੇ ਬਾਕੀ ਤੁਹਾਨੂੰ ਅੱਗੇ ਲੈ ਕੇ ਚੱਲਦੇ ਹੁਣ ਅਟਲ ਟਨਲ ਕੋਲ। ਵਾਓ ਲਾ ਲਾ ਸੋ ਜਾਈ, ਸ਼ਾਂਤੀ ਓ ਸ਼ਾਂਤੀ ਆ। ਪਾਣੀ